ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੋਸਤੋ, ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਤੁਸੀਂ ਸੋਲਰ ਪੈਨਲ ਆ ਜਿਹੜੇ ਉਹ ਤੁਸੀਂ ਲਗਵਾ ਸਕਦੇ ਹੋ। ਸਬਸਿਡੀ ਆਈ ਹੈ ਉਸ 'ਤੇ, ਤਾਂ ਤੁਸੀਂ ਇਹ ਜਿਹੜੀਆਂ ਸੋਲਰ ਸਟਰੀਟ ਲਾਈਟਾਂ ਇਹ ਤੁਸੀਂ ਲਗਵਾ ਸਕਦੇ ਹੋ, ਤਾਂ ਇਹ ਸੁਨਹਿਰੀ ਮੌਕਾ ਤੁਹਾਡੇ ਕੋਲ। ਡਿਟੇਲ ਦੇ ਵਿੱਚ ਜਾਣਕਾਰੀ ਦਿੰਦੇ ਹਾਂ ਤੁਹਾਨੂੰ ਇਹਦੇ ਵਿੱਚ ਕਿੰਨੀ ਸਬਸਿਡੀ ਮਿਲਣੀ ਹੈ ਅਤੇ ਤੁਸੀਂ ਫਾਰਮ ਕਿਵੇਂ ਭਰ ਸਕਦੇ ਹੋ, ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੰਦੇ ਹਾਂ। ਇਹਨਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਤੁਹਾਨੂੰ ਦਿਖਾਉਂਦੇ ਹਾਂ, ਉਹਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਹੈ, ਠੀਕ ਹੈ ਜੀ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਸੋਲਰ ਸਟਰੀਟ ਲਾਈਟਾਂ ਲਗਵਾਉਣ ਲਈ ਸੁਨਹਿਰੀ ਮੌਕਾ, ਤਾਂ ਇਹਦੇ ਵਿੱਚ ਜਿਹੜੀ ਸਬਸਿਡੀ ਹੈਗੀ, ਸਬਸਿਡੀ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਆ, ਠੀਕ ਹੈ ਜੀ। ਤੁਸੀਂ ਸਕਰੀਨ 'ਤੇ ਵੀ ਦੇਖ ਸਕਦੇ ਹੋ, ਤਾਂ ਇਹਦੇ ਵਿੱਚ ਜਿਹੜੀ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ, ਕਹਿਣ ਦਾ ਭਾਵ ਜਿਨ੍ਹਾਂ ਨੇ ਫਾਰਮ ਪਹਿਲਾਂ ਭਰੇ ਤਾਂ ਉਹਨਾਂ ਨੂੰ ਸਬਸਿਡੀ ਹੈ ਪਹਿਲ ਦੇ ਆਧਾਰ 'ਤੇ ਦਿੱਤੀ ਜਾਵੇਗੀ, ਠੀਕ ਹੈ ਜੀ। ਇਹਦੇ ਵਿੱਚ 75 ਵਾਟ ਸੋਲਰ ਜਿਹੜਾ ਹੈਗਾ, ਵਾਟ ਦਾ ਹੈਗਾ ਸੋਲਰ ਪੈਨਲ ਹੈਗਾ, ਤਾਂ 12 ਵਾਟ ਦੀ ਲਾਈਟ ਹੈ, ਠੀਕ ਹੈ ਜੀ। ਕੁੱਲ ਕੀਮਤ ਹੈ ਇਹਦੀ 16,748 ਰੁਪਈਏ, ਸਰਕਾਰ ਦੇ ਹਿੱਸੇ ਦੀ ਜਿਹੜੀ ਸਬਸਿਡੀ ਹੈ, ਕਹਿਣ ਦਾ ਭਾਵ ਸਰਕਾਰ ਸਬਸਿਡੀ ਦੇ ਰਹੀ ਹੈ ਤਾਂ 30% ਦੇ ਰਹੀ ਹੈ, ਠੀਕ ਹੈ ਜੀ। 4,878 ਰੁਪਈਏ ਲਾਭਪਾਤਰੀ ਦੇ ਹਿੱਸੇ ਆਉਣੀ ਹੈ 70%, ਕਹਿਣ ਦਾ ਭਾਵ 11,870 ਰੁਪਈਏ ਦੇਣੇ ਆ, ਠੀਕ ਹੈ ਜੀ। 5 ਸਾਲ ਦੀ ਵਾਰੰਟੀ ਹੈ, ਤਾਂ ਜਿਹੜਾ ਸਲਾਨਾ ਰੱਖ ਰਖਾਵ ਹੈ ਉਹ ਵੀ ਰੱਖਿਆ ਜਾਵੇਗਾ, ਠੀਕ ਹੈ ਜੀ, ਉਪਰੋਕਤ ਲਾਗਤ ਵਿੱਚ, ਠੀਕ ਹੈ ਜੀ। ਬਾਰਡਰ ਜਿੱਤੇ ਕੰਡੇ ਏਰੀਏ ਨੂੰ ਪਹਿਲ ਦਿੱਤੀ ਜਾਵੇਗੀ। ਚਾਹਵਾਨ ਪਿੰਡ ਅਤੇ ਲਾਭਪਾਤਰੀ, ਕਹਿਣ ਦਾ ਭਾਵ ਪਿੰਡ ਦੀ ਪੰਚਾਇਤ ਵੀ ਲਗਵਾ ਸਕਦੀ ਹੈ, ਜਾਂ ਕਿਸੇ ਲਾਭਪਾਤਰੀ ਨੇ ਆਪਦੇ ਕਿਸੇ ਵੀ ਗਲੀ ਵਿੱਚ ਲਗਵਾਉਣਾ ਤਾਂ ਉਹ ਵੀ ਲਗਵਾ ਸਕਦਾ, ਠੀਕ ਹੈ ਜੀ। ਤਾਂ ਕਿਸੇ ਇੰਡੀਵਿਜੁਅਲ ਨੇ, ਠੀਕ ਹੈ ਜੀ, ਵਿਅਕਤੀਗਤ ਨੇ, ਤਾਂ ਉਹਦੇ ਵਿੱਚ ਬਿਨੈ ਪੱਤਰ ਪ੍ਰਫੋਰਮਾ ਵੈਬਸਾਈਟ 'ਤੇ ਹੈਗਾ, ਠੀਕ ਹੈ ਜੀ। www.peda.gov.in 'ਤੇ ਜਾ ਕੇ ਡਾਊਨਲੋਡ ਕਰਨਾ, ਅਤੇ ਨਾਲ ਜਿਹੜਾ ਲੋੜੀਂਦੀ ਰਾਸ਼ੀ ਹੈ ਡਿਮਾਂਡ ਡਰਾਫਟ ਦੇ ਵਿੱਚ, ਜਿਹੜੀ ਡਿਮਾਂਡ ਡਰਾਫਟ ਬਣਾ ਕੇ ਇਹਨਾਂ ਦੇ ਮੁੱਖ ਦਫ਼ਤਰ ਦੇ ਵਿੱਚ ਭੇਜ ਦੇਣੀ ਹੈ, ਠੀਕ ਹੈ ਜੀ। 30 ਨਵੰਬਰ 2021 ਤੱਕ ਭੇਜ ਸਕਦੇ ਹੋ, ਨੀਚੇ ਨੰਬਰ ਦਿੱਤੇ ਹੋਏ ਨੇ, ਉੱਥੇ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ। ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੈਨਸ਼ਨ ਕੀਤਾ ਹੋਇਆ ਵੈਬਸਾਈਟ 'ਤੇ, ਉੱਥੇ ਜਾ ਕੇ ਸਾਰੀ ਡਿਟੇਲ ਚੈੱਕ ਕਰ ਸਕਦੇ ਹੋ। ਤੁਹਾਡੇ ਹਿੱਸੇ ਦੀ ਜਿੰਨੀ ਰਕਮ ਬਣਦੀ ਹੈ ਉਹ ਤੁਸੀਂ ਭੇਜ ਦੇਣੀ ਹੈ ਡਿਮਾਂਡ ਡਰਾਫਟ ਬਣਾ ਕੇ, ਠੀਕ ਹੈ ਜੀ। ਇਹੀ ਦੋਸਤੋ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਸੀਗੇ, ਠੀਕ ਹੈ ਜੀ। ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਚਾਹਵਾਨ ਵਿਅਕਤੀ ਜਿਨ੍ਹਾਂ ਨੇ ਅਪਲਾਈ ਕਰਨਾ, ਠੀਕ ਹੈ ਜੀ, ਉਹ ਕਰ ਸਕਦੇ ਨੇ। ਤਾਂ ਇਹੀ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ।